ਜੇਲ੍ਹਾਂ 'ਚ ਰੋਜ਼ ਡਰੱਗਸ ਦੀ, ਮੋਬਾਈਲ ਫੋਨਾਂ ਦੀ, ਹੈਪੀ ਬਰਥਡੇ ਜਿਹੜੇ ਗੈਂਗਸਟਰਾਂ ਦੇ ਮਨਾਏ ਜਾ ਰਹੇ ਆ। ਅੱਜ ਇਹਨਾਂ ਹਾਲਾਤਾਂ 'ਚ ਪੰਜਾਬ ਦੇ ਲਾਅ ਐਂਡ ਆਰਡਰ ਉੱਤੇ ਜਿਹੜਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ, ਦਿਨ ਦਿਹਾੜੇ ਸਾਡੀਆਂ ਧੀਆਂ ਭੈਣਾਂ ਨੂੰ ਅਗਵਾ ਕਰ ਲੈਣਾ, ਫਿਰ ਫਰੌਤੀ ਮੰਗਣੀ, ਕਿਲਿੰਗ, ਦਿਨ ਦਿਹਾੜੇ ਜਿਹੜੇ ਲੁੱਟ ਖੋ ਵਾਰਦਾਤਾਂ ਹੋ ਰਹੀਆਂ ਨੇ, ਲਾਅ ਐਂਡ ਆਰਡਰ ਕੋਲੈਪਸ ਹੋ ਗਿਆ। ਕੋਈ ਡਾਕਟਰ, ਕੋਈ ਨਾਮੀ ਆਰਕੀਟੈਕਟ, ਵਕੀਲ, ਸਧਾਰਨ ਬੰਦਾ, ਬਜ਼ੁਰਗ, ਬੱਚੇ ਇਸ ਲਾਅ ਐਂਡ ਆਰਡਰ ਦੀ ਸਿਚੁਏਸ਼ਨ 'ਚ ਆਪਦੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ। ਔਰ ਹਲਕੇ ਨਾਲ ਸੰਬੰਧਿਤ ਸਾਰੇ ਇਹ ਗੈਂਗਸਟਰ ਨਾਮੀ ਕੋਟਲੀ ਸੂਰਤਮੱਲੀਆਂ 'ਤੇ ਕਿਉਂ ਪਹੁੰਚ ਜਾਂਦੇ ਆ? ਚਾਹੇ ਉਹ ਜੱਗੂ ਹੈ, ਚਾਹੇ ਆ ਬੁਰੀ ਹੈ, ਚਾਹੇ ਇੱਕ ਉਹ ਹੈਰੀ ਪਹਿਲਾਂ ਆਇਆ ਸੀ, ਇਹ ਸਾਰਿਆਂ ਦੀਆਂ ਤਾਰਾਂ ਇੱਕੋ ਥਾਣੇ 'ਚ ਜਾ ਕੇ ਇੱਕੋ ਹਲਕੇ ਨਾਲ ਕਿਉਂ ਜਾ ਕੇ ਜੁੜ ਰਹੀਆਂ ਹਨ?